ਸੋ ਇਹ ਗਾਇਸ ਕੀ ਹਾਲ ਚਾਲ ਹੈ? ਸਭ ਤੋਂ ਪਹਿਲੇ ਸਾਰੇ ਵਧੀਆ ਹੋਵੋਗੇ। ਸੋ ਅਖਬਾਰ ਵਾਲੀ ਵੀਡੀਓ ਪਾਈ ਹੈ ਜੀ, ਕਾਫੀ ਵੱਡੀ ਕੰਟਰੋਵਰਸੀ ਤੁਹਾਨੂੰ ਪਤਾ ਹੀ ਹੈ, ਕਰਨ ਕਵਾਤਰਾ ਸ਼ੁਭ ਬਹੁਤ ਸਾਰੇ ਬੰਦੇ ਇਹਦੇ 'ਚ ਆਏ ਬਾਗੀ, ਹੈ ਨਾ, ਲਾਈਕ ਅਲੱਗ ਅਲੱਗ ਤਰੀਕੇ ਦੀ ਕੰਟਰੋਵਰਸੀ, ਸਭ ਨੇ ਅਲੱਗ ਅਲੱਗ ਤਰੀਕੇ ਦੀ ਗੱਲ ਕੀਤੀ। ਕੀ ਚੀਜ਼ ਹੈ ਮਤਲਬ ਸ਼ੁਭ ਨੇ ਤਾਂ ਚਲੋ ਕਰਨ ਨਾਲ ਕੋਈ ਜਿਹੜਾ ਸੀਨ ਹੈ ਨਹੀਂ ਉਹਦਾ ਬਿਲਕੁਲ ਵੀ, ਅਤੇ ਚੈੱਕ ਕਰਦੇ ਹਾਂ ਕਿ ਸੁੱਖ ਨੇ ਇਸ ਚੀਜ਼ ਨੂੰ ਕਿਵੇਂ ਐਕਸਪਲੇਨ ਕੀਤਾ ਅਤੇ ਕਿਵੇਂ ਇਸ ਚੀਜ਼ ਉੱਤੇ ਪੂਰੀ ਗੱਲਬਾਤ ਕੀਤੀ ਹੈ। ਮੈਨੂੰ ਵਧੀਆ ਲੱਗਦਾ ਬੰਦੇ ਦੀ ਗੱਲਬਾਤ, ਇਹਦੀ ਘੈਂਟ ਲੱਗਦੀ ਹੈ, ਚੈੱਕ ਕਰਦੇ ਹਾਂ। ਅਤੇ ਬਾਈ ਜੀ, ਜਿਹੜੀ ਸਭ ਤੋਂ ਜ਼ਿਆਦਾ ਘਟੀਆ ਚੀਜ਼ ਮੈਨੂੰ ਲੱਗੀ, ਮੈਂ ਇਹਨੂੰ ਨੰਗਾ ਕਰਾ ਲਓ ਭਾਵੇਂ, ਕੀ ਕਹਿਣਾ ਚਾਹੁੰਦਾ ਯਾਰ ਤੂੰ? ਸਿੱਧਾ ਕਹਿ ਨਾ ਕੀ ਕਰਨ ਵਾਲੇ, ਮੈਨੂੰ ਤੂੰ ਇਹ ਕਹਿਣਾ ਚਾਹੁੰਦਾ? ਕਰਨ ਖੁਦ ਬੈਟਿੰਗ ਹਾਰਦਾ ਨਾ, ਲੋਕਾਂ ਨੂੰ ਪਤਾ ਹੈ ਨਾ ਕਿ ਕਰਨ ਤਾਂ ਜਿੱਤ ਨਹੀਂ ਰਿਹਾ। ਅੱਛਾ, ਸਾਡੀ ਵੀਡੀਓ ਪਾਈ ਹੋਈ ਹੈ, ਅਸੀਂ ਕਰਨ ਵੀ ਤਾਂ ਹਾਰ ਹੀ ਰਹੇ ਨਾ। 8-9 ਲੱਖ ਦਾ ਲੋਨ ਕਰਨ ਔਜਲਾ ਨੇ ਕਲੀਅਰ ਕਰ ਦਿੱਤਾ, ਪਰ ਵੀਡੀਓ ਬਹੁਤ ਛੇਤੀ ਪਾਉਂਦੇ ਤੇ ਮੁੜ ਕੇ ਡਿਲੀਟ ਵੀ ਕਰ ਦਿੰਦੇ ਛੇਤੀ, ਉਹ ਸਿਸਟਮ ਨਹੀਂ ਸਮਝਿਆ। ਬਾਕੀ ਤੁਸੀਂ ਪ੍ਰਸ਼ਾਦ ਦੇ ਦਿੰਦੇ ਹੋ। ਦੇਖੋ, ਇਹਨਾਂ ਦਿਨਾਂ ਦੇ ਵਿੱਚ ਪੰਜਾਬੀ ਸਿੰਗਰਾਂ ਦਾ ਇੱਕ ਮੁੱਦਾ ਬਹੁਤ ਜ਼ਿਆਦਾ ਚੱਲ ਰਿਹਾ, ਤੁਸੀਂ ਦੇਖਿਆ ਹੀ ਹੋਣਾ, ਕਰਨ ਔਜਲਾ ਵਰਸੇ ਸ਼ੁਭ, ਕਰਨ ਔਜਲਾ ਵਰਸੇ ਜ ਅਨਮੋਲ ਕਵਾਤਰਾ, ਕਰਨ ਔਜਲਾ ਵਰਸੇ ਜ ਗੁਰੀ ਲਹੋਰੀਆ। ਕਰਨ ਔਜਲਾ ਵਰਸੇ ਸ਼ੁਭ ਤਾਂ ਚਲੋ ਐਡਾ ਮੇਰੇ ਖਿਆਲ ਨਾਲ ਹੈ ਨਹੀਂ ਸੀ, ਉਹਨੂੰ ਬਣਾਉਣਾ ਨਹੀਂ ਚਾਹੀਦਾ ਆਪਾਂ ਨੂੰ, ਕਿਉਂਕਿ ਹੈ ਨਹੀਂ ਗੱਲ ਏਡੀ, ਤੇ ਕਰਨ ਔਜਲਾ ਵਰਸੇ ਜ ਬਾਗੀ। ਹੁਣ ਰੀਸੈਂਟਲੀ ਇਹਨਾਂ ਸਾਰੇ ਟੌਪਿਕਸ ਦੇ ਬਾਰੇ ਸੋਸ਼ਲ ਮੀਡੀਆ ਤੇ ਗੱਲਾਂ ਚੱਲ ਰਹੀਆਂ ਨੇ, ਤੇ ਤੁਸੀਂ ਇਹਨਾਂ ਸਾਰਿਆਂ ਦੇ ਵਿੱਚੋਂ ਇੱਕ ਚੀਜ਼ ਨੋਟਿਸ ਕੀਤੀ ਹੋਊਗੀ ਕਿ ਸਾਰਿਆਂ ਦੀ ਕੰਟਰੋਵਰਸੀ ਕਰਨ ਔਜਲਾ ਬਾਈ ਨਾਲ ਹੀ ਜੁੜ ਰਹੀ ਹੈ। ਸੋ ਆਓ ਇਸ ਵੀਡੀਓ ਦੇ ਵਿੱਚ ਆਪਾਂ ਇੱਕ ਇੱਕ ਕਰਕੇ ਦੇਖਦੇ ਹਾਂ ਕਿ ਇਹ ਸਾਰਾ ਚੱਕਰ ਕੀ ਹੈ। ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਕਰਨ ਔਜਲਾ ਵਰਸੇ ਜ ਅਨਮੋਲ ਕਵਾਤਰਾ। ਅਨਮੋਲ ਕਵਾਤਰਾ ਬਾਈ ਦਾ ਇਹ ਕਹਿਣਾ ਸੀ ਕਿ ਕਰਨ ਔਜਲਾ ਸਟੇਕ ਦੀ ਪ੍ਰਮੋਸ਼ਨ ਕਰਕੇ ਨਵੇਂ ਮੁੰਡਿਆਂ ਨੂੰ, ਨਵੇਂ ਯੂਥ ਨੂੰ ਗਲਤ ਰਾਹ ਤੇ ਪਾ ਰਿਹਾ, ਕਿਉਂਕਿ ਕਰਨ ਔਜਲਾ ਬਾਈ ਦੇ ਬਾਰੇ ਤਾਂ ਤੁਸੀਂ ਸਾਰੇ ਜਾਣਦੇ ਹੀ ਹੋ ਕਿ ਸਟੇਕ ਦੀ ਕਿੰਨੀ ਪ੍ਰਮੋਸ਼ਨ ਕਰਦਾ ਬਾਈ, ਤੇ ਕਰਨ ਔਜਲਾ ਬਾਈ ਦੀ ਲਗਭਗ ਡੇਲੀ ਸਟੋਰੀ ਦੇ ਵਿੱਚ ਸਟੇਕ ਨੂੰ ਮੈਂਸ਼ਨ ਕੀਤਾ ਹੀ ਹੁੰਦਾ। ਅਨਮੋਲ ਬਾਈ ਨੇ ਸਿਰਫ ਹੁਣ ਨਹੀਂ ਕਰਨ ਔਜਲਾ ਦੇ ਬਾਰੇ ਗੱਲ ਕੀਤੀ, ਸੌਫਟਲੀ ਗਾਣੇ ਆਉਣ ਤੋਂ ਬਾਅਦ ਵੀ ਕਰਨ ਔਜਲਾ ਬਾਈ ਦੇ ਬਾਰੇ ਗੱਲ ਕੀਤੀ ਸੀ। ਇੱਕ ਅੱਧਾ ਗਾਣਾ ਸਾਡੀ ਐਨਜੀਓ ਤੋਂ ਵੀ ਕੱਢ ਦੋ ਭਰਾ, ਕਿ ਤੁਹਾਡੇ ਗਾਣਾ ਸੁਣਨ ਨਾਲ ਸ਼ਾਇਦ ਇਹਨਾਂ ਦੀ ਮਦਦ ਵੀ ਹੋ ਜਾਵੇ। ਪਹਿਲ ਚੁੰਨੀ ਮੇਰੀ ਰੰਗ ਦੇ ਲਲਾਰੀ ਆ, ਕਿ ਆਪਾਂ ਸਿਰਫ ਕੱਲੀਆਂ ਇਹਨਾਂ ਦੇ ਨਾਮ ਤੇ ਰੀਲਾਂ ਹੀ ਬਣਾਉਣੀਆਂ ਜਾ ਕੇ। ਇਹਦਾ ਮਤਲਬ ਇਹ ਹੈ ਕਿ ਅਨਮੋਲ ਸਿਰਫ ਕਰਨ ਔਜਲੇ ਨੂੰ ਹੀ ਬੋਲ ਰਿਹਾ ਹੈ, ਹੋਰਾਂ ਨੂੰ ਨਹੀਂ ਬੋਲ ਰਿਹਾ ਯਾਰ। ਹੋਰਾਂ ਦੇ ਗਾਣੇ ਨਹੀਂ ਚੱਲਦੇ ਹੈਗੇ ਯਾਰ, ਐਡੇ ਐਡੇ ਆਰਟਿਸਟ ਬੈਠੇ ਨੇ, ਸ਼ੁਭ ਨੂੰ ਵੀ, ਸ਼ੁਭ ਦੇ ਵੀ ਗਾਣੇ ਵਧੀਆ ਗਰੋ ਕਰਦੇ ਨੇ, ਠੀਕ ਆ। ਹੋਰ ਲਾਈਕ ਜੇ ਆਪਾਂ ਚੈੱਕ ਕਰੀਏ ਕਿ ਮਤਲਬ ਹੁਣ ਜੇ ਬੰਦਾ ਕਵੇ ਇੱਥੇ, ਫਿਰ ਉਹ ਗੱਲਾਂ ਹੋ ਜਾਂਦੀਆਂ, ਹੈ ਨਾ, ਕਿ ਕਾ ਸਿੱਧੂ ਬਾਈ ਦੇ ਨੂੰ ਤਾਂ ਕਦੀ ਕਿਹਾ ਨਹੀਂ ਇਹ ਚੀਜ਼ਾਂ, ਅਤੇ ਫਿਰ ਹੋਰ ਲਾਈਕ ਆਰਟਿਸਟ ਚੱਲ ਜੇ ਬੱਬੂ ਮਾਨ ਸਾਹਿਬ ਵਰਗੇ, ਉਹ ਬੜੇ ਬਥੇਰੇ ਆ ਯਾਰ ਆਰਟਿਸਟ ਜਿਨ੍ਹਾਂ ਦੇ ਗਾਣੇ ਵਧੀਆ ਗਰੋ ਕਰਦੇ, ਤਸੀਮ ਜੱਸੜ ਵਰਗੇ, ਠੀਕ ਆ। ਅਤੇ ਯਾਰ ਇਹਦਾ ਮਤਲਬ ਇਹ ਥੋੜ੍ਹਾ ਨਾ ਕਿ ਜੇ ਕੋਈ ਬੰਦਾ ਹੁਣ ਗਾਣੇ ਵਧੀਆ ਕਰ ਰਿਹਾ ਤਾਂ ਉਹ NGO ਦੇ ਗਾਣੇ ਕੱਢਣ ਲੱਗ ਜਾਵੇ, ਕਮ ਔਨ ਮੈਨ, ਲਾਈਕ ਇਹ ਤਾਂ ਕੋਈ ਗੱਲ ਨਹੀਂ ਨਾ ਬਣਦੀ ਹੈਗੀ। ਉਹਦਾ ਆਪਣਾ ਪਰਸਨਲ ਉਹਦਾ ਹੈਗਾ ਹੈ ਨਾ, ਜਿਵੇਂ ਕਿਤੇ ਗਾਣੇ ਕੱਢਣੇ ਆ, ਕੀ ਲਿਖਣਾ, ਕੀ ਸਿਸਟਮ ਆ, ਉਹਦਾ ਆਪਣੀ ਪਰਸਨਲ ਚੋਇਸ ਆ। ਅਤੇ ਦੂਜਾ ਠੀਕ ਹੈ ਬਾਈ, ਹੈਲਪ ਹੋ ਜਾਂਦੀ ਹੈ, ਵਧੀਆ ਗੱਲ ਹੈ, ਬਟ ਪਰਟੀਕੁਲਰਲੀ ਇੱਕੋ ਹੀ ਬੰਦੇ ਨੂੰ ਪੋਕ ਕਿਉਂ ਕੀਤਾ ਜਾ ਰਿਹਾ, ਮੈਂ ਇਹ ਜਾਣਨਾ ਚਾਹੁੰਦਾ। ਜੇਕਰ ਆਪਾਂ ਇਹਨਾਂ ਦੋਨਾਂ ਚੀਜ਼ਾਂ ਨੂੰ ਮਿਲਾਈਏ ਤਾਂ ਕਈ ਵਾਰ ਇਹ ਡਾਊਟ ਆਉਂਦਾ ਮਨ ਦੇ ਵਿੱਚ ਕਿ ਕਰਨ ਔਜਲਾ ਬਾਈ ਨੂੰ ਪਰਸਨਲੀ ਹੇਟ ਕਰਦਾ ਹੋ ਸਕਦਾ ਹੈ ਅਨਮੋਲ ਕਵਾਤਰਾ ਬਾਈ, ਜਦੋਂ ਕੋਈ ਬੰਦਾ 2-3 ਵਾਰੀ ਕਿਸੇ ਸਿੰਗਰ ਨੂੰ ਟਾਰਗੇਟ ਕਰੇ ਬੈਕ ਟੂ ਬੈਕ। ਪਰ ਜੇ ਅਨਮੋਲ ਕਵਾਤਰਾ ਬਾਈ ਦੀ ਗੱਲ ਕਰੀਏ ਤਾਂ ਉਹਨਾਂ ਨੇ ਇਹ ਕਿਹਾ ਸੀ, ਇੱਕ ਵਾਰੀ ਮੈਂ ਪਰਸਨਲੀ ਮੈਸੇਜ ਵੀ ਕੀਤਾ ਸੀ ਤੇ ਕਰਨ ਔਜਲਾ ਬਾਈ ਦੀ ਸਪੋਰਟ ਵੀ ਕੀਤੀ ਸੀ, ਉਹਨਾਂ ਨੂੰ ਐਪਰੀਸ਼ੀਏਟ ਵੀ ਕੀਤਾ ਸੀ। ਪਰ ਜੇ ਆਪਾਂ ਅੱਜ ਦੀ ਗੱਲ ਕਰੀਏ ਤਾਂ ਕਰਨ ਔਜਲਾ ਬਾਈ ਨੂੰ ਟ੍ਰੋਲ ਕਰਦੇ ਹੋਏ ਅਨਮੋਲ ਕਵਾਤਰਾ ਬਾਈ ਦੇ ਵੱਲੋਂ ਇੱਕ ਵੀਡੀਓ ਬਣਾਈ ਗਈ ਹੈ, ਜਿਹਦੇ ਵਿੱਚ ਇਨਡਾਇਰੈਕਟ ਤਰੀਕੇ ਦੇ ਨਾਲ ਉਹਦਾ ਇਹ ਕਹਿਣਾ ਹੈ ਕਿ ਜਿਹੜੇ ਸਿੰਗਰਸ ਬੈਟਿੰਗ ਐਪ ਪ੍ਰਮੋਟ ਕਰਦੇ ਨੇ ਉਹ ਪੈਸੇ ਦੇ ਲਈ ਕੁਝ ਵੀ ਕਰ ਸਕਦੇ ਨੇ, ਇੱਥੋਂ ਤੱਕ ਕਿ ਉਹ ਪੈਸੇ ਦੇ ਲਈ ਨੰਗੇ ਵੀ ਹੋ ਸਕਦੇ ਨੇ। ਬਲੈਂਕ ਚੈੱਕ, ਉਹ ਤੂੰ ਭਰਾਵਾ ਭਾਵੇਂ ਮੈਨੂੰ ਨੰਗਾ ਕਰਾ ਲੈ ਯਾਰ। ਫਿਰ ਅਨਮੋਲ ਬਾਈ ਦਾ ਇਹ ਕਹਿਣਾ ਸੀ ਕਿ ਥੋੜ੍ਹਾ ਜਿਹਾ ਭਲਾਈ ਦਾ ਕੰਮ ਇਸ ਲਈ ਕੀਤਾ ਜਾਂਦਾ ਤਾਂ ਕਿ ਉਹ ਲੋਕਾਂ ਦੇ ਵਿੱਚ ਵਧੀਆ ਇਮੇਜ ਬਣੀ ਰਹੇ ਤੇ ਬਾਕੀ ਦੇ ਜਿਹੜੇ ਪੈਸੇ ਮਿਲਦੇ ਨੇ ਉਹਨਾਂ ਦੇ ਨਾਲ ਅਸੀਂ ਐਸ਼ ਕਰਾਂਗੇ। ਇਹਦੇ ਚੋਂ 2-4-5 ਲੱਖ ਰੁਪਏ ਵੰਡ ਦਿੰਦੇ ਹਾਂ, ਲੋਕਾਂ ਨੂੰ ਲੱਗੂਗਾ ਕਿ ਵੱਡਾ ਸਮਾਜ ਸੀ ਵੀ ਮੇਰਾ ਅੱਜੂਗਾ ਪ੍ਰਮੋਸ਼ਨ ਤਾਂ ਦੇਖਣਾ ਨਹੀਂ, ਜਦੋਂ ਨਾਲ ਕਿੰਨੇ ਲੋਕਾਂ ਦੇ ਤਬਾਹ ਹੋ ਜਾਣੇ ਘਰ। ਤੇ ਇਸ ਚੀਜ਼ ਦੇ ਹੁਣ ਦੂਜੀ ਸਾਈਡ ਵੀ ਦੇਖ ਲੈਂਦੇ ਹਾਂ। ਕਰਨ ਔਜਲਾ ਬਾਈ ਨੇ ਇੱਕ ਵਾਰੀ ਇਹ ਵੀ ਕਿਹਾ ਸੀ ਕਿ ਜੇਕਰ ਮੈਂ ਇੱਕ ਸਾਈਡ ਤੋਂ ਪੈਸੇ ਕਮਾ ਕੇ ਦੂਜੀ ਸਾਈਡ ਵਧੀਆ ਕੰਮ ਤੇ ਲਾ ਰਿਹਾ ਤਾਂ ਉਹਦੇ ਵਿੱਚ ਕੋਈ ਗਲਤ ਗੱਲ ਵੀ ਨਹੀਂ ਹੈ, ਕਿਉਂਕਿ ਕਰਨ ਔਜਲਾ ਬਾਈ ਦਾ ਇਹ ਕਹਿਣਾ ਸੀ ਕਿ ਯਾਰ ਤੁਹਾਨੂੰ ਨਹੀਂ ਪਤਾ ਕਿ ਮੈਂ ਕਿਹੜੀ ਜਗ੍ਹਾ ਤੇ ਪੈਸੇ ਲਾ ਰਿਹਾ, ਹੋ ਸਕਦਾ ਮੈਂ ਕਿਸੇ ਭਲਾਈ ਦੇ ਕੰਮ ਚਲਾ ਰਿਹਾ ਹੋਵਾਂ। ਮੈਨੂੰ ਵਧੀਆ ਲੱਗਦਾ ਪਰਸਨਲੀ, ਇਟਸ ਓਕੇ, ਪਰ ਆਏ ਨਹੀਂ ਹੈਗਾ ਵੀ ਮੈਂ ਕਰਿਆ ਵੀ ਯਾਰ ਧੱਕੇ ਨਾ ਬਾਈ ਤੁਸੀਂ ਜੂਆ ਖੇਡੋ ਜੇ ਵਰਨੋ, ਇਟਸ ਆਲ ਫਨ ਐਂਡ ਗੇਮ। 18 ਸਾਲ ਦੇਖਿਆ ਖੁਦ ਬਾਈ ਇਹ ਗੱਲ ਕਹਿ ਚੁੱਕੇ, ਕਹਿੰਦਾ ਮੈਂ ਨਹੀਂ ਕਹਿ ਰਿਹਾ ਨਾ ਧੱਕੇ ਨਾਲ ਕਿ ਤੁਸੀਂ ਕਰੋ ਹੀ ਕਰੋ,
ਠੀਕ ਹੈ, ਹੋਰ ਕੀ ਕਲੈਰੀਫਿਕੇਸ਼ਨ ਚਾਹੀਦੀ ਹੈ ਯਾਰ ਤੁਹਾਨੂੰ, ਮੈਨੂੰ ਸਮਝ ਨਹੀਂ ਆਉਂਦਾ ਸੱਚੀ ਸਾਹ। ਕਮ ਔਨ ਮੈਨ, ਇਟਸ ਫਨ, ਉਹਨੇ ਕਿਹਾ ਨਾ ਕਿ ਠੀਕ ਹੈ ਫਨ ਦੇ ਤਰੀਕੇ ਨਾਲ ਲਓ ਉਹਨੂੰ, 100-200 ਰੁਪਇਆ, 400 ਰੁਪਇਆ ਲਾ ਕੇ, 500 ਹੈ ਨਾ ਜਿੰਨਾ ਕੁ ਮਤਲਬ ਕਿ ਲਾਈਕ ਵੈਸੇ ਨਾ ਹੀ ਕਰਦੋ ਬੈਟਰ ਹੈ, ਪਰ 400-500 ਰੁਪਇਆ ਲਾ ਕੇ ਠੀਕ ਹੈ ਖੇਡ ਕੇ ਦੇਖ ਲਓ ਗੇਮਾਂ ਦੇ ਤਰੀਕੇ ਨਾਲ। ਉਹਨੂੰ ਲਾਲਚ ਨਾ ਨਾ ਬਣਾਓ, ਉਹਨੂੰ ਲਾਲਚ ਵਾਲੇ ਲੋਕ ਮਰਦੇ ਆ, ਲਾਲਚ ਵਾਲੇ ਬੈਟਿੰਗ ਵਾਲੇ ਲੋਕ ਪਹਿਲਾਂ ਵੀ ਮਰਦੇ ਆਏ ਆ ਜਦੋਂ ਕਰਨ ਨੇ ਕੋਈ ਲਾਈਕ ਬੈਟਿੰਗ ਐਪ ਪ੍ਰਮੋਟ ਨਹੀਂ ਕੀਤੀ, ਅਤੇ ਲਾਲਚ ਵਾਲੇ ਨੇ ਉਦੋਂ ਵੀ ਮਰਨਾ ਹੈ ਬੈਟਿੰਗ ਦੇ ਵਿੱਚ ਜਦੋਂ ਕਰਨ ਨੇ ਸਭ ਕੁਝ ਕਰਨ ਨੂੰ ਹਟ ਜਾਣਾ। ਜੋ ਹਟ ਵੀ ਜਾਵੇ ਤਾਂ ਫਿਰ ਕੀ ਗਰੰਟੀ ਦਿੰਦੇ ਆ ਕਿ ਇਹ ਸਾਰਾ ਕੁਛ ਨਹੀਂ ਹੋਊਗਾ? ਧੋਤੇ ਆ ਬਈ, ਆਪਦੇ ਡਿਸੀਜਨ ਆਪ ਲੈ, ਕਿਉਂਕਿ ਕਈ ਬੰਦੇ ਐਕਸਪਲੇਨੇਸ਼ਨ ਮੰਗਦੇ ਹੀ ਹੁੰਦੇ ਆ ਜੇ ਉਹ ਪੈਸੇ ਡਾਰਲਿੰਗ ਜੇ ਮੈਂ ਲਾ ਰਹਾ ਆਪਣੀ ਪਰਸਨਲ ਮਨੀ ਚੋਂ, ਜੇ ਮੈਨੂੰ ਉਹਦਾ ਕੋਈ ਮੁਨਾਫਾ ਵੀ ਹੁੰਦਾ ਹੈ ਨਾ, ਉਹ ਮੇਰੀ ਸ਼ਰਧਾ, ਉਹ ਮੈਂ ਕਿੱਥੇ ਖਰਚਣੇ ਆ, ਅਤੇ ਉਹ ਮੈਂ ਕਿੱਥੇ ਖਰਚਦਾ ਤੁਹਾਨੂੰ ਨਹੀਂ ਪਤਾ, ਸ਼ਾਇਦ ਮੈਂ ਕਿਸੇ ਵਧੀਆ ਥਾਂ 'ਤੇ ਲਾ ਰਿਹਾ ਹੁੰਦਾ। ਇਸ ਚੀਜ਼ ਦੇ ਬਾਰੇ ਤੁਹਾਨੂੰ ਰੀਸੈਂਟਲੀ ਸਭ ਨੂੰ ਪਤਾ ਚੱਲ ਹੀ ਗਿਆ ਹੋਣਾ ਕਿ ਤਰਨ ਸ਼ਰਮਾ ਜਿਹੜਾ ਕਿ ਕਰਾਟੇ ਦਾ ਪਲੇਅਰ ਹੈ, ਉਹਦੇ ਸਿਰ 'ਤੇ 900,000 ਦਾ ਕਰਜ਼ਾ ਉਤਾਰਿਆ ਕਰਨ ਔਜਲਾ ਬਾਈ ਨੇ। ਹੁਣ ਜਿਹੜੇ ਪੇਜ ਤਰਨ ਸ਼ਰਮਾ ਦੀ ਵੀਡੀਓ 'ਚ ਸ਼ੇਅਰ ਕਰ ਰਹੇ ਸੀ, ਉਸ ਵੀਡੀਓ ਦੇ ਥੱਲੇ ਵੀ ਕਰਨ ਔਜਲਾ ਬਾਈ ਨੇ ਇਹ ਵਾਲਾ ਕਮੈਂਟ ਕੀਤਾ ਸੀ, ਇਹ ਕਿਹਾ ਸੀ ਇਨਡਾਇਰੈਕਟ ਤਰੀਕੇ ਦੇ ਨਾਲ ਬਾਕੀ ਸਾਰੇ ਰੈਂਡਮ ਸਿੰਗਰਾਂ ਨੂੰ, ਜਿਹੜੇ ਸਿੰਗਰ ਕਰਨ ਔਜਲਾ ਬਾਈ ਨੂੰ ਕਿਸੇ ਤਰੀਕੇ ਨਾਲ ਟਾਰਗੇਟ ਕਰਦੇ ਨੇ। ਬਾਈ ਨੇ ਇਹ ਕਿਹਾ ਸੀ ਕਿ ਉਹਨਾਂ ਸਿੰਗਰਸ ਨੂੰ ਹੁਣ ਜਾ ਕੇ ਦੱਸੋ ਕਿ ਉਹ ਇਦਾਂ ਦੇ ਬੰਦਿਆਂ ਦੀ ਹੈਲਪ ਵੀ ਕਰਨ। ਹੁਣ ਜਿਹੜੀ ਮੈਂ ਸਟਾਰਟਿੰਗ ਦੇ ਵਿੱਚ ਲਿਸਟ ਦੱਸੀ ਸੀ ਸਾਰਿਆਂ ਦੀ, ਉਹਨਾਂ ਦੇ ਵਿੱਚੋਂ ਅਨਮੋਲ ਕੁਆਤਰਾ ਬਾਈ ਵਾਲੀ ਕੰਟਰੋਵਰਸੀ ਦੇ ਬਾਰੇ ਤੁਸੀਂ ਜਾਣ ਹੀ ਗਏ ਹੋਵੋਗੇ। ਹੁਣ ਆਪਾਂ ਆਉਂਦੇ ਹਾਂ ਕਰਨ ਔਜਲਾ ਵਰਸੇ ਸ਼ੁਭ ਵਾਲੀ ਕੰਟਰੋਵਰਸੀ 'ਤੇ। ਦੇਖੋ ਹੁਣ ਇਹਨਾਂ ਦਿਨਾਂ ਦੇ ਵਿੱਚ ਇਹ ਸਾਰੀਆਂ ਨਿਊਜ਼ ਇਕੱਠੀਆਂ ਹੋ ਗਈਆਂ, ਸਾਰੀਆਂ ਗੱਲਾਂ ਬਾਤਾਂ ਮਿਕਸ ਹੋ ਗਈਆਂ, ਇਸ ਲਈ ਸ਼ੁਭ ਤੇ ਕਰਨ ਔਜਲਾ ਬਾਈ ਦੀ ਆਪਸ ਦੇ ਵਿੱਚ ਕੰਟਰੋਵਰਸੀ ਦੱਸੀ ਜਾ ਰਹੀ ਹੈ, ਕਿਉਂਕਿ ਜਦੋਂ ਇਹ ਬੈਟਿੰਗ ਐਪਸ ਵਾਲਾ ਚੱਕਰ ਚੱਲ ਰਿਹਾ ਸੀ ਉਦੋਂ ਇੱਕ ਮੁੰਡੇ ਦੀ ਡੈਥ ਹੋ ਗਈ ਤਾਂ ਸ਼ੁਭ ਨੇ ਕਿਹਾ ਸੀ ਇਹ ਸਭ ਕੁਝ ਨਾ ਕਰੋ, ਹੈ ਨਾ। ਸ਼ੁਭ ਨੇ ਵੀ ਇੱਕ ਨਿਊਜ਼ ਦਾ ਸਕਰੀਨਸ਼ਾਟ ਲਗਾਇਆ ਸੀ ਜਿਹਦੇ ਵਿੱਚ ਨਿਊਜ਼ ਇਹ ਸੀ ਕਿ ਇੱਕ 20 ਸਾਲ ਦਾ ਮੁੰਡਾ ਬੈਟਿੰਗ ਐਪ ਦੇ ਵਿੱਚੋਂ ਪੈਸੇ ਹਾਰ ਗਿਆ ਤੇ ਉਹਦੇ 3,00,000 ਜਾਣ ਦੇ ਕਰਕੇ ਉਹਨੇ ਸੁਸਾਈਡ ਕਰ ਲਈ, ਤੇ ਸ਼ੁਭ ਨੇ ਸਟੋਰੀ ਲਾਉਂਦੇ ਹੋਏ ਥੱਲੇ ਰਿਕੁਐਸਟ ਕੀਤੀ ਨਵੇਂ ਯੂਥ ਨੂੰ, ਨਵੇਂ ਮੁੰਡਿਆਂ ਨੂੰ ਵੀ ਇਦਾਂ ਦੇ ਚੱਕਰ ਦੇ ਵਿੱਚ ਨਾ ਪਾਓ ਤੁਸੀਂ। ਹੁਣ ਇਸ ਤੋਂ ਬਾਅਦ ਕਰਨ ਔਜਲਾ ਬਾਈ ਦੀ ਪੋਸਟ ਦੇ ਥੱਲੇ ਲੋਕੀ ਕਮੈਂਟ ਕਰਨ ਲੱਗ ਗਏ ਕਿ ਸ਼ੁਭ ਨੇ ਵੀ ਸਟੋਰੀ ਲਾਈ ਹੈ, ਪਰ ਮੈਨੂੰ ਲੱਗਦਾ ਕਿ ਸ਼ੁਭ ਤੇ ਕਰਨ ਔਜਲਾ ਦੇ ਵਿੱਚ ਆਪਸ ਕੋਈ ਕੰਟਰੋਵਰਸੀ ਬਣਦੀ ਨਹੀਂ ਹੈ ਹੀ ਨਹੀਂ, ਦੇ ਵਿੱਚ ਕੋਈ ਹੇਟ ਹੋਊਗੀ। ਕਰਨ ਔਜਲਾ ਬਾਈ ਨੇ ਸ਼ੁਭ ਦੀ ਇੱਕ ਵਾਰੀ ਸਪੋਰਟ ਵੀ ਕੀਤੀ ਸੀ ਲਾਈਵ ਦੇ ਵਿੱਚ, ਤੁਸੀਂ ਸਾਰੇ ਜਾਣਦੇ ਹੋ। ਬਸ ਇੱਥੇ ਇਹ ਕੰਟਰੋਵਰਸੀ ਇਸ ਲਈ ਜੁੜ ਰਹੀ ਹੈ ਕਿਉਂਕਿ ਇਹ ਸਾਰੀਆਂ ਚੀਜ਼ਾਂ ਇੱਕੋ ਟਾਈਮ ਤੇ ਹੋ ਰਹੀਆਂ, ਸੋ ਇੱਕ ਦੂਜੇ ਨਾਲ ਲਿੰਕ ਜੋੜ ਕੇ ਦੱਸ ਰਹੇ ਨੇ ਸੋਸ਼ਲ ਮੀਡੀਆ ਤੇ ਲੋਕ। ਹੁਣ ਕਰਨ ਔਜਲਾ ਬਾਈ ਨੇ ਵੀ ਉਹਨਾਂ ਸਾਰਿਆਂ ਨੂੰ ਜਵਾਬ ਦਿੰਦੇ ਹੋਏ 6 ਵਾਰੀ ਸਟੇਕ ਨੂੰ ਮੈਂਸ਼ਨ ਕੀਤਾ ਤੇ ਇਹ ਕਿਹਾ ਕਿ ਮੈਂ ਆਪਣਾ ਕੰਮ ਕਰ ਰਿਹਾ ਤੇ ਉਹ ਮੈਂ ਕਰ ਹੁਣ ਆਪਾਂ ਇਹਨਾਂ ਦੇ ਵਿੱਚੋਂ ਬਾਕੀ ਦੀ ਕੰਟਰੋਵਰਸੀ ਦੇ ਬਾਰੇ ਗੱਲ ਕਰ ਲੈਂਦੇ ਹਾਂ। ਬਾਕੀ ਦੀ ਕੰਟਰੋਵਰਸੀ ਇਸ ਤੋਂ ਪਹਿਲਾਂ ਵੀ ਚੱਲੀ ਸੀ ਸੋਸ਼ਲ ਮੀਡੀਆ ਤੇ, ਸਿੱਧੂ ਮੂਸੇਵਾਲਾ ਬਾਈ ਦੀ ਗੱਲ ਕਰਦੇ ਹੋਏ ਇੱਕ ਤਰ੍ਹਾਂ ਦਾ ਕਰਨ ਔਜਲਾ ਬਾਈ ਨੂੰ ਰਿਪਲਾਈ ਕੀਤਾ ਸੀ ਪਹਿਲਾਂ ਵੀ ਆਪਣੇ ਗਾਣੇ ਦੇ ਵਿੱਚ, ਤੇ ਆਪਾਂ ਇਹ ਕਹਿ ਸਕਦੇ ਹਾਂ ਕਿ ਬਾਗੀ ਦੇ ਵੱਲੋਂ ਬਿਨਾਂ ਗੱਲ ਤੋਂ ਕੰਟਰੋਵਰਸੀ ਕ੍ਰੀਏਟ ਕੀਤੀ ਜਾ ਰਹੀ ਸੀ, ਤੇ ਹੁਣ ਜਿਹੜਾ ਸੋਸ਼ਲ ਮੀਡੀਆ ਤੇ ਲਾਈਵ ਸ਼ੋਅ ਵਾਇਰਲ ਹੋ ਰਿਹਾ ਜਿਹਦੇ ਵਿੱਚ ਕਰਨ ਔਜਲਾ ਨੂੰ ਰਿਪਲਾਈ ਕੀਤਾ ਜਾ ਰਿਹਾ ਬਾਗੀ ਦੇ ਵੱਲੋਂ, ਉਹਦੇ ਵਿੱਚ ਇਹ ਕਿਹਾ ਕਿ ਮੈਂ ਦੁਬਈ ਦੇ ਵਿੱਚ ਲੁੱਕ ਕੇ ਨਹੀਂ ਬੈਠਾ, ਪਹਿਲਾਂ ਜਿਹੜਾ ਮੈਂ ਕਰਨ ਔਜਲਾ ਕਿੱਦਾਂ ਸ਼ਬਦਾਵਲੀ ਵੀ ਗਲਤ ਬੋਲਦੇ ਆ ਨਾ, ਕੁਛ ਵੀ ਬੋਲੀ ਜਾਂਦੇ ਆ ਠੀਕ ਹੈ, ਉੱਤੋਂ ਸ਼ਬਦਾਵਲੀ ਇੰਨੀ ਗਲਤ ਬੋਲਦੇ ਆ ਨਾ, ਲਾਈਕ ਛੱਕਾ ਛੁੱਕਾ ਕਿਆ ਯਾਰ, ਕਮ ਔਨ ਮੈਨ, ਠੀਕ ਆ, ਨਾਲੇ ਕੋਈ ਗੱਲ ਹੀ ਨਹੀਂ ਹੈਗੀ ਯਾਰ, ਉਹ ਬੰਦਾ ਤੈਨੂੰ ਕੋਈ ਰਿਪਲਾਈ ਨਹੀਂ ਦੇ ਰਿਹਾ, ਕੁਛ ਨਹੀਂ ਕਹਿ ਰਿਹਾ, ਤੂੰ ਧੱਕੇ ਨਾਲ ਲੱਗਿਆ ਹੋਇਆ, ਸਮਝ ਨਹੀਂ ਆਉਂਦੀ ਯਾਰ। ਪਤਾ ਨਹੀਂ ਕਿਉਂ ਬਾਗੀ ਦੇ ਗਾਣੇ ਮੈਨੂੰ ਪਰਸਨਲੀ ਵਧੀਆ ਲੱਗਦੇ ਆ, ਮੈਂ ਸੁਣਦਾ ਠੀਕ ਆ, ਬਟ ਆਹ ਚੀਜ਼ ਬੜੀ ਗੰਦੀ ਲੱਗਦੀ ਆ ਕਿ ਯਾਰ ਤੁਹਾਨੂੰ ਲੋੜ ਕੀ ਪਈ ਆ, ਕੀ ਉੱਥੇ ਉਹ ਉਸ ਬੰਦੇ ਨੂੰ ਕਹਿ ਕੇ ਕੀ ਹੋ ਜੂਗਾ, ਜੇ ਦੁਬਈ ਬੈਠਾ ਵੀ ਆ ਤਾਂ ਫਿਰ ਕੀ ਹੋ ਗਿਆ, ਤੁਸੀਂ ਵੀ ਬਹਿ ਜਾਓ ਬਾਈ ਜਾ ਕੇ, ਇਫ ਯੂ ਕੈਨ ਅਫੋਰਡ ਇਟ, ਈਜ਼ੀ ਟਾਕ। ਬਾਈ ਦਾ ਕਮੈਂਟ ਦੱਸਿਆ ਸੀ ਤੁਹਾਨੂੰ ਕਿ ਕਰਨ ਔਜਲਾ ਬਾਈ ਇਹ ਕਹਿ ਰਹੇ ਨੇ ਕਿ ਬਾਕੀ ਰੈਂਡਮ ਸਿੰਗਰਾਂ ਨੂੰ ਦੱਸ ਦਿਓ ਕਿ ਇੱਦਾਂ ਦੇ ਬੰਦਿਆਂ ਦੀ ਵੀ ਹੈਲਪ ਕਰਿਆ ਕਰਨ, ਤੇ ਉਹ ਵਾਲਾ ਕਰਨ ਔਜਲਾ ਬਾਈ ਦਾ ਕਮੈਂਟ ਸ਼ਾਇਦ ਬਾਗੀ ਦੇ ਲਈ ਹੋ ਸਕਦਾ ਕਿਉਂਕਿ ਸਿੰਗਰਾਂ ਦੇ ਵਿੱਚੋਂ ਤਾਂ ਬਾਗੀ ਹੀ ਹੈ ਜਿਹੜਾ ਰਿਪਲਾਈ ਕਰ ਰਿਹਾ ਬਿਨਾਂ ਗੱਲ ਤੋਂ, ਸ਼ਾਇਦ ਇਹ ਸੇਮ ਕਮੈਂਟ ਅਨਮੋਲ ਕੁਆਤਰਾ ਬਾਈ ਦੇ ਲਈ ਵੀ ਹੋ ਸਕਦਾ ਹੈ। ਵੈਸੇ ਇਸ ਤੋਂ ਪਹਿਲਾਂ ਕਰਨ ਔਜਲਾ ਬਾਈ ਨੇ ਇਹਨਾਂ ਐਕਟਿਵਲੀ ਜਲਦੀ ਜਲਦੀ ਕਿਸੇ ਨੂੰ ਰਿਪਲਾਈ ਨਹੀਂ ਦਿੱਤੇ, ਤੇ ਐਕਟਿਵਲੀ ਇਸ ਲਈ ਕਹਿ ਰਿਹਾ ਕਿਉਂਕਿ ਕਮੈਂਟਾਂ ਦੇ ਵਿੱਚ ਜਦੋਂ ਮੈਂਸ਼ਨ ਕੀਤਾ ਜਾ ਰਿਹਾ ਅਨਮੋਲ ਕੁਆਤਰਾ ਨੂੰ ਕਿਸੇ ਹੋਰ ਦੇ ਵੱਲੋਂ, ਉਸ ਮੈਂਸ਼ਨ ਵਾਲੇ ਕਮੈਂਟ ਦੇ ਥੱਲੇ ਵੀ ਕਰਨ ਔਜਲਾ ਬਾਈ ਦਾ ਦੁਬਾਰਾ ਕਮੈਂਟ ਆਉਂਦਾ ਹੈ। ਕਰਨ ਔਜਲਾ ਇਹਨਾਂ ਸਾਰੀਆਂ ਚੀਜ਼ਾਂ ਨੂੰ ਇਗਨੋਰ ਬੋਲੀ ਜਾਣਦੇ ਕੋਈ ਕਰਨ ਦੀ ਗੱਲ ਕਰਦਾ ਹੈ। ਫਿਰ ਇਸ ਤੋਂ ਬਾਅਦ ਗੁਰੀ ਲਾਹੌਰੀਆ ਦੇ ਬਾਰੇ ਤੁਸੀਂ ਸਾਰੇ ਜਾਣਦੇ ਹੋ, ਗੁਰੀ ਲਾਹੌਰੀਆ ਦਾ ਇੱਕ ਗਾਣਾ ਆਇਆ ਸੀ ਹੂਜ਼ ਨੈਕਸਟ, ਤੇ ਉਹਦੇ ਵਿੱਚ ਬੈਟਿੰਗ ਐਪ ਪ੍ਰਮੋਟ ਕਰਨ ਵਾਲੇ ਸਿੰਗਰਾਂ ਦੇ ਬਾਰੇ ਗੱਲ ਕਰੀ ਸੀ। ਗਾਣੇ ਅੱਜ ਕਰਦੇ ਨੇ ਮੋਟੀਵੇਟ ਲੋਕਾਂ
ਹੁਣ ਮੈਂ ਸ਼ੁਰੂ ਦੇ ਵਿੱਚ ਵੀ ਦੱਸਿਆ ਸੀ ਕਿ ਇਹਨਾਂ ਸਾਰੀਆਂ ਚੀਜ਼ਾਂ ਦਾ ਲਿੰਕ ਕਿਤੇ ਨਾ ਕਿਤੇ ਕਰਨ ਔਜਲਾ ਬਾਈ ਨਾਲ ਹੀ ਜੁੜ ਰਿਹਾ। ਕੋਈ ਡਾਇਰੈਕਟ ਰਿਪਲਾਈ ਕਰ ਰਿਹਾ ਤੇ ਕੋਈ ਆਪਣੇ ਗਾਣੇ ਦੇ ਵਿੱਚ ਇਨਡਾਇਰੈਕਟ ਤਰੀਕੇ ਦੇ ਨਾਲ ਰਿਪਲਾਈ ਕਰ ਰਿਹਾ। ਸੋ ਹੁਣ ਆਪਾਂ ਗੱਲ ਕਰਦੇ ਹਾਂ ਕਿ ਇਹਨਾਂ ਸਾਰਿਆਂ ਦੇ ਵਿੱਚੋਂ ਕੌਣ ਸਹੀ ਹੈ, ਕੌਣ ਗਲਤ ਹੈ। ਦੇਖੋ ਇਸ ਚੀਜ਼ ਦਾ ਇੱਕ ਰਿਜ਼ਲਟ ਕੱਢਣਾ ਤਾਂ ਔਖਾ ਹੈ ਫਾਈਨਲ, ਇਹਨਾਂ ਦੇ ਵਿੱਚੋਂ ਕਿਹੜਾ ਸਹੀ ਹੈ ਤੇ ਕਿਹੜਾ ਗਲਤ ਹੈ। ਕਿਉਂਕਿ ਜੇ ਆਪਾਂ ਇਹੀ ਦੇਖ ਲਈਏ ਕਿ ਕਰਨ ਔਜਲਾ ਬਾਈ ਗਲਤ ਹੈ, ਉਹ ਬੈਟਿੰਗ ਐਪ ਪ੍ਰਮੋਟ ਕਰ ਰਿਹਾ ਤੇ ਬਾਕੀ ਲੋਕ ਉਹਨੂੰ ਦੇਖ ਕੇ ਪੈਸਾ ਲਾ ਵੀ ਰਹੇ ਨੇ, ਇਹ ਗੱਲ ਕਹਿਣੀ ਗਲਤ ਹੋਊਗੀ ਕਿਉਂਕਿ ਕਰਨ ਔਜਲਾ ਬਾਈ ਤੋਂ ਪਹਿਲਾਂ ਵੀ ਬੈਟਿੰਗ ਐਪਸ ਚੱਲਦੇ ਸੀ ਤੇ ਉਸ ਤੇ ਵੀ ਬਹੁਤ ਸਾਰੀਆਂ ਨਿਊਜ਼ ਤੁਸੀਂ ਸੋਸ਼ਲ ਮੀਡੀਆ ਤੇ ਦੇਖ ਸਕਦੇ ਹੋ ਕਿ ਲੋਕਾਂ ਨੇ ਕਿੰਨਾ ਕਿੰਨਾ ਪੈਸਾ ਲਾਇਆ, ਉਹ ਸਾਰੇ ਪੈਸਾ ਹਾਰੇ ਵੀ ਨੇ। ਬੈਟਿੰਗ ਐਪਸ ਸਿਰਫ ਸਿੰਗਰਾਂ ਨੂੰ ਹੀ ਨਹੀਂ ਟਾਰਗੇਟ ਕਰਦੇ ਕਿ ਸਾਡੀ ਚੀਜ਼ ਪ੍ਰਮੋਟ ਕਰੋ, ਵੈਸੇ ਵੀ ਆਪਾਂ ਸੋਸ਼ਲ ਮੀਡੀਆ ਤੇ ਕਿੰਨਾ ਐਕਟਿਵ ਰਹਿੰਦੇ ਹਾਂ ਤੇ ਆਪਣੇ ਕੋਲ ਦਿਨ ਦੇ ਵਿੱਚ ਕਿੰਨੀਆਂ ਐਡਸ ਆਉਂਦੀਆਂ ਨੇ ਆਪਣੇ ਸਾਹਮਣੇ ਜਿਹਦੇ ਵਿੱਚ ਬੈਟਿੰਗ ਐਪਸ ਨੂੰ ਪ੍ਰਮੋਟ ਕੀਤਾ ਜਾ ਰਿਹਾ ਹੁੰਦਾ ਹੈ। ਹੁਣ ਇੱਥੇ ਇਹ ਕਹਿਣਾ ਤਾਂ ਗਲਤ ਹੋਊਗਾ ਕਿ ਸਿਰਫ ਕਰਨ ਔਜਲਾ ਬਾਈ ਦੇ ਕਾਰਨ ਹੀ ਲੋਕੀ ਪੈਸਾ ਲਾ ਰਹੇ ਨੇ ਬੈਟਿੰਗ ਐਪਸ ਤੇ, ਕਿਉਂਕਿ ਇਹ ਖੁਦ ਦੀ ਬੰਦੇ ਦੀ ਚੁਆਇਸ ਵੀ ਹੁੰਦੀ ਹੈ। ਜਿਵੇਂ ਕਿ ਹੁਣ ਨਿਊਜ਼ ਦੀ ਗੱਲ ਆਈ ਕਿ ਸ਼ੁਭ ਨੇ ਸਟੋਰੀ ਲਈ ਸੀ ਕਿ ਇੱਕ ਮੁੰਡਾ ਹਾਰ ਗਿਆ ਸੀ ਤੇ ਉਹਨੇ ਬਾਅਦ ਦੇ ਵਿੱਚ ਸੁਸਾਈਡ ਕਰ ਲਈ, ਤਾਂ ਇਦਾਂ ਦੀਆਂ ਆਪਾਂ ਨੂੰ ਹਜ਼ਾਰਾਂ ਨਿਊਜ਼ ਦੇਖਣ ਨੂੰ ਮਿਲ ਜਾਣਗੀਆਂ। ਇਹ ਚੀਜ਼ ਗਲਤ ਜ਼ਰੂਰ ਹੈ, ਬੈਟਿੰਗ ਐਪਸ ਦੇ ਵਿੱਚ ਪੈਸਾ ਨਹੀਂ ਲਾਉਣਾ ਚਾਹੀਦਾ, ਤਾਂ ਦੂਜੇ ਪਾਸੇ ਕਿਸੇ ਇੱਕ ਬੰਦੇ ਨੂੰ ਟਾਰਗੇਟ ਵੀ ਨਹੀਂ ਕਰਨਾ ਚਾਹੀਦਾ। ਤੇ ਮੈਂ ਇੱਕ ਵੀਡੀਓ ਪਹਿਲਾਂ ਵੀ ਬਣਾਈ ਸੀ ਜਿਹਦੇ ਵਿੱਚ ਮੈਂ ਗੁਰੀ ਲਾਹੌਰੀਆ ਦੇ ਗਾਣੇ ਨੂੰ ਐਕਸਪਲੇਨ ਕੀਤਾ ਸੀ ਤੇ ਜਿਹਦੇ ਵਿੱਚ ਮੈਂ ਇਹ ਵੀ ਕਿਹਾ ਸੀ ਕਿ ਕਰਨ ਔਜਲਾ ਬਾਈ ਨੂੰ ਦੇਖ ਕੇ ਕਾਫੀ ਲੋਕ ਮੁੰਡੇ ਜਿਹੜੇ ਨਵੇਂ ਨੌਜਵਾਨ ਨੇ ਜਿਹੜੇ ਕਰਨ ਔਜਲਾ ਬਾਈ ਦੇ ਫੈਨ ਨੇ ਉਹ ਸ਼ਾਇਦ ਪੈਸਾ ਲਾਉਣ ਬੈਟਿੰਗ ਐਪਸ ਦੇ ਵਿੱਚ। ਸੋ ਇਸ ਲਈ ਮੈਂ ਕਹਿ ਰਿਹਾ ਕਿ ਇਹਦਾ ਇੱਕ ਫਾਈਨਲ ਰਿਜ਼ਲਟ ਕੱਢਣਾ ਬਹੁਤ ਔਖਾ ਹੈ, ਇਸ ਲਈ ਮੈਂ ਨਾ ਤਾਂ ਕਰਨ ਔਜਲਾ ਬਾਈ ਬਥੇਰੇ ਲੋਕ ਨੇ ਥੱਲੇ ਕਮੈਂਟ ਆਏ ਨੇ ਕਿ ਯਾਰ ਅਸੀਂ ਤਾਂ ਅੱਜ ਤੱਕ ਕਦੀ ਬੈਟਿੰਗ ਐਪ 'ਚ ਪੈਸਾ ਲਾਇਆ ਨਹੀਂ ਤੇ ਕਰਨ ਔਜਲਾ ਬਹੁਤ ਵੱਡੇ ਫੈਨ ਆ। ਸੋ ਬਥੇਰੇ ਤਰੀਕੇ ਚੀਜ਼ਾਂ ਨੇ ਤੇ ਨਾਲ ਆ ਕਿ ਤੁਸੀਂ ਇਸ ਬੈਟਿੰਗ ਐਪ ਨੂੰ ਪ੍ਰਮੋਟ ਕਰਕੇ ਸਹੀ ਕਰ ਰਹੇ ਹੋ, ਨਾ ਹੀ ਮੈਂ ਬਾਈ ਦੇ ਖਿਲਾਫ ਆ ਕਿਉਂਕਿ ਕਰਨ ਔਜਲਾ ਬਾਈ ਦੇ ਕੋਲ ਜੇ ਪੈਸਾ ਆ ਵੀ ਰਿਹਾ ਤਾਂ ਦੂਜੇ ਪਾਸੇ ਲੋਕਾਂ ਦੀ ਹੈਲਪ ਲਈ ਲਾ ਵੀ ਰਿਹਾ। ਹੁਣ ਇਹਨਾਂ ਸਾਰਿਆਂ ਦੇ ਵਿੱਚੋਂ ਗਲਤ ਉਹ ਨੇ ਜਿਹੜੇ ਫੇਮ ਦੇ ਚੱਕਰ ਦੇ ਵਿੱਚ ਇੱਕ ਦੂਜੇ ਨੂੰ ਰਿਪਲਾਈ ਕਰੀ ਜਾ ਰਹੇ ਨੇ, ਉਹ ਵੀ ਬਿਨਾਂ ਕਿਸੇ ਕਾਰਨ ਤੋਂ ਕੰਟਰੋਵਰਸੀ ਕ੍ਰੀਏਟ ਕਰੀ ਜਾ ਰਹੇ ਨੇ। ਸੋ ਇਸ ਅੱਜ ਦੇ ਵੀਡੀਓ ਮੈਨੂੰ ਲੱਗਦਾ ਕਿ ਤੁਸੀਂ ਪੂਰਾ ਮਾਮਲਾ ਸਮਝ ਚੁੱਕੇ ਹੋਵੋਗੇ। ਹੁਣ ਕੌਣ ਗਲਤ ਹੈ ਕੌਣ ਸਹੀ ਹੈ ਸ਼ਾਇਦ ਤੁਸੀਂ ਵੀ ਇਹ ਚੀਜ਼ ਡਿਸਾਈਡ ਨਾ ਕਰ ਪਾਓ। ਆਪਣੇ ਚੈਨਲ ਤੇ 1 ਲੱਖ ਸਬਸਕ੍ਰਾਈਬਰਸ ਜਲਦੀ ਤੋਂ ਜਲਦੀ ਪੂਰੇ ਕਰ ਦਿਓ ਬਾਈ, ਕਰ ਦਿਓ 90 ਟੱਪ ਗਏ ਤਾਂ ਹਨਾ 92 ਹੋਣ ਵਾਲੇ ਨੇ, ਤੇ ਚੱਕੋ ਯਾਰ ਮਾੜਾ ਜਿਹਾ ਬਾਈ ਦਾ ਕੰਮ ਵੀ, ਸਿਲਵਰ ਬਟਨ ਲਿਆਓ। ਠੀਕ ਹੈ, ਬਾਕੀ ਵਧੀਆ ਗੱਲ ਕੀਤੀ ਅੱਗੇ ਸਹੀ ਤਰੀਕੇ ਨਾਲ ਸਮਝਾਇਆ ਤੇ ਇਹ ਦੇਖ ਕੇ ਸਮਝ ਆਉਂਦੀ ਹੈ ਕਿ ਹਾਂ ਯਾਰ ਸ਼ਾਇਦ ਲਾਈਕ ਕਈ ਲੋਕ ਸਾਨੂੰ ਹੀ ਗਲਤ ਕਹੀਆਂ ਦੇ ਜਮਾਂ ਹੀ ਸੀਗਾ, ਉਹ ਦੇਖ ਕੇ ਪਤਾ ਲੱਗਦਾ ਕਿ ਯਾਰ ਨਹੀਂ ਯਾਰ ਅਸੀਂ ਗਲਤ ਨਹੀਂ ਹੈਗੇ, ਸਾਡੇ ਸੋ ਸਾਡਾ ਦਿਮਾਗ ਸਾਡਾ ਲੈਵਲ ਕੰਮ ਕਰਦਾ ਇਸ ਚੀਜ਼ ਦਾ ਦਿਮਾਗ ਦਾ ਕਿ ਯਾਰ ਠੀਕ ਹੈ ਉਹ ਬੰਦਾ ਕਰ ਰਿਹਾ ਪ੍ਰਮੋਟ, ਪਰ ਹੋਰ ਵੀ ਬਹੁਤ ਸਾਰੇ ਲੋਕ ਕਰ ਰਹੇ ਨੇ। ਜਾਂ ਤਾਂ ਸਭ ਨੂੰ ਇਕੱਠਿਆਂ ਲਿਆਓ, ਇਕੱਠਿਆਂ ਨੂੰ ਇਕੱਠੇ ਬਾਈਕਾਟ ਕਰੋ ਜੇ ਕਰਨਾ ਹੀ ਹੈ, ਇਕੱਠਿਆਂ ਨੂੰ ਬੋਲੋ ਜੇ ਕੁਛ ਬੋਲਣਾ ਹੀ ਹੈ। ਦੂਜੀ ਗੱਲ, ਇੱਕ ਬੰਦੇ ਨੂੰ ਕਦੀ ਇਕੱਲੇ ਨੂੰ ਪੋਕ ਨਹੀਂ ਕਰੀਦਾ ਹੁੰਦਾ, ਠੀਕ ਆ, ਉਹ ਮਾੜੀ ਲੱਗਦੀ ਹੈ ਚੀਜ਼। ਅਤੇ ਉਸ ਤੋਂ ਬਾਅਦ ਕੁਝ ਕੰਟਰੋਵਰਸੀਆਂ ਨਜਾਇਜ਼ ਹੀ ਹੋ ਰਹੀਆਂ ਨੇ, ਅਤੇ ਇੱਕ ਉਹਨਾਂ ਲਈ ਅਨਮੋਲ ਤਾਂ ਲੱਗਦਾ ਮੈਨੂੰ ਕਦੀ ਕਦੀ ਕਿ ਕੁਛ ਨਾ ਕੁਛ ਪਰਸਨਲ ਹੈ ਸਿਸਟਮ ਜਿਹੜਾ ਆਪਸ 'ਚ ਚੱਲ ਰਿਹਾ ਨਾ ਇਹਨਾਂ ਦਾ, ਸਾਨੂੰ ਪਤਾ ਨਹੀਂ ਜਿਹੜਾ। ਸਤਿ ਸ਼੍ਰੀ ਅਕਾਲ।